वाहे गुरु वाहे गुरु जपो Yeah.
राही Thank you.
मैं गरीब मैं मस्कीन Thank you.
मैं गरीब सच टेक तू सच टेक तू मेरे 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 सतगुरु पूरे मैं Thank you.
कर सबू अंजलि कर साधु अंजलि पुन बड़ा है करे हर रस साध न जाने साकत हर रस साध न जाने तिन अंतर भाव में कंडा अंतर हो मैं अंडा है ज्यों ज्यों चल है चुभे दुख पावे Oh.
सच टेक तू मेरे 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 सतगुरु पूरे मैं गरीब मैं गरीब मैं गरीब मोहे गरीब का
गुर प्रसाद गुर प्रसाद ओए आनंद पावे जिस सिमरत
Oh,
इतनी सेवा प्रवान कर कीर्तन कर दे आप जी दे नचीन बच्चियां पासों बेहन 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 प्रकार दिया पुल्ला गलतियां हुईयां होंगियां अपने अनजान बच्चे जान के खिमा बख्श कर गुरु प्यारे एक बेंती सुन के जाना बस एक एक काम आप सारे कर लिया अपने मालिक ने पहला ले जाइए फिर पुकार करिए कि मोहे गरीब को ले एक बेनती करां किसी बंदे की बड़ी तरस योग हालत हो ना बड़ी तरस कुछ दिल विच ना भी भावना होवे उसकी हेल्प करन दी ओ
ਉਸ ਦੀ ਹਾਲਤ ਨੂੰ ਤਰਸਯੋਗ ਹਾਲਤ ਨੂੰ ਦੇਖ ਕੇ ਮਨ ਕਰਨ ਇਸ ਨੂੰ ਕੁਛ ਦਿਆਂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅੰਤਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਨੇ ਨਿਚੋੜ ਦਿੱਤਾ ਕਿ ਤਰਸ ਪਿਆ ਮੈਂ ਅਰਾਮਤ ਹੋਈ ਉਸਦੀ ਰਹਿਮਤ ਤਾਂ ਹੋਏਗੀ ਮੇਰੀ ਹਾਲਤ ਤਰਸਯੋਗ ਬਣ ਜਿਸ ਦਿਨ ਇਹ ਮਨ ਤਰਸਯੋਗ ਹਾਲਤ ਵਿੱਚ ਚਲਾ ਗਿਆ ਇੱਕ ਆਪਣੇ ਮਾਲਕ ਕੋਲ ਪੁਕਾਰ ਕਰੇਗਾ ਨਾ ਸਤਿਗੁਰੂ ਮੋਹੇ ਗਰੀਬ ਕੋ ਲੇ ਹੋ ਰਿਹਾ ਬਸ ਜਿਸ ਦਿਨ ਅੰਦਰੋਂ ਨਿਕਲ ਗਈ ਕੂਕ ਮੋਹੇ ਗਰੀਬ ਕੋ ਲਿਹੁਰ ਲਾਏ ਸਤਿਗੁਰ ਕਹਿੰਦੇ ਆ ਮੇਰੇ ਕੋਲ ਬਸ ਜਿਸ ਦਿਨ ਸਤਿਗੁਰੂ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਕੋਈ ਦੁਨੀਆਂ ਦੀ ਤਾਕਤ ਉਸ ਗੋਦੀ ਤੋਂ ਜੁਦਾ ਨਹੀਂ ਬਸ ਆਪਣੇ ਮਾਲਕ ਕੋਲ ਸਵੇਰੇ ਸ਼ਾਮ ਉੱਠਦਿਆਂ ਬੈਠਦਾ ਹਰ ਸਮੇਂ ਇੱਕ ਪੁਕਾਰ ਕਰੀਏ ਮੋਹੇ ਗਰੀਬ ਕੋ ਲਿਹੋ ਰਲਾਏ ਨਾਨਕ ਆਏ ਭਾਈ ਸ਼ਰਨਾਏ ਇਤਨੀ ਬੇਨ ਸੇਵਾ ਪ੍ਰਵਾਨ ਕਰਨ ਕੀਰਤਨ ਕਰਦਿਆਂ ਬੇਅੰਤ 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 ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨਾ ਚਿਤਾਰਦਿਆਂ ਹੋਏ ਅਸੀਸਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਸਤਿਗੁਰ ਜੀ ਜੀਵਨ ਦੇ ਅੰਤਿਮ ਸਵਾਸਾਂ ਤੱਕ ਕਾਮਨਾ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਆਪ ਜੀ ਦੇ ਚਰਨਾਂ ਦੇ ਚੋੜੇ ਝਾੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕਰਦੇ ਰਹਿਣ ਬੱਚਿਆਂ ਦੀ ਝੋਲੀ ਫਤਿਹ ਨਾਲ ਭਰਪੂਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ